ਹਾ ਸੇਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਸਟਾਰ ਟੀਵੀ ਮੈਂ ਸੁਖਪਾਲ ਸਿੰਘ ਹੋਰ ਖ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇਮੀਗ੍ਰੇਸ਼ਨ ਗੁਰੂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਵਿੱਚ ਅਸੀਂ ਕਿਸੇ ਵਿਸ਼ੇਸ਼ ਇਮੀਗ੍ਰੇਸ਼ਨ ਮਾਹਰ ਨਾਲ ਗੱਲਬਾਤ ਕਰਦੇ ਹਾਂ ਤੇ ਕੈਨੇਡਾ ਇਮੀਗ੍ਰੇਸ਼ਨ ਚ ਲੇਟੈਸਟ ਅਪਡੇਟਸ ਬਾਰੇ ਜ਼ਿਕਰ ਕਰਦੇ ਹਾਂ ਤੇ ਅੱਜ ਸਾਡੇ ਸਟੂਡੀਓ ਪਹੁੰਚੇ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਐਮ ਡੀ ਮਨੂ ਦੱਤਾ ਜੀ ਦੱਤਾ ਜੀ ਬਹੁਤ ਬਹੁਤ ਸਵਾਗਤ ਹੈ ਸਟੋਰੀ ਥੈਂਕ ਯੂ ਵੈਰੀ ਮਚ ਸੁਖਪਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੂਚੀ ਟੀਮ ਵੱਲੋਂ ਐਮਡੀ ਮਨੂ ਦੱਤਾ ਐਂਡ ਆਰਡੀ ਰਿਪੁਦਮ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫੋਰ ਹੈਵਿੰਗ ਅਸ ਔਨ ਹੈਰ ਥੈਂਕ ਯੂ ਮਨੂ ਜੀ ਸਭ ਤੋਂ ਪਹਿਲਾਂ ਅੱਜ ਦੀ ਜੇ ਮੈਂ ਗੱਲ ਕਰਾਂ ਜੋ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਭਰਿਆ ਪਿਆ ਹੈ ਔਰ ਮੋਸ਼ਨ 44 ਨੂੰ ਲੈ ਕੇ ਟੀਆਰ ਟੂ ਪੀਆਰ ਦੀ ਬੜਾ ਰੌਲਾ ਪੈ ਰਿਹਾ ਮੈਂ ਚਾਹੂੰਗਾ ਪਿਕਚਰ ਜ਼ਰੂਰ ਕਲੀਅਰ ਹੋਵੇ ਹੋ ਕੀ ਰਿਹਾ ਆਫੀਸ਼ੀਅਲੀ ਕੀ ਹੋ ਰਿਹਾ ਉਸ ਬਾਰੇ ਸੁਖਪਾਲ uh, ਜੀ ਜਨਵਰੀ ਦੇ ਵਿੱਚ ਸਾਡੇ ਸਰੀ ਤੋਂ ਮੈਂਬਰ ਪਾਰਲੀਮੈਂਟ ਹੈਗੇ ਨੇ ਰਣਦੀਪ ਸਰਾਏ ਜੀ ਉਹ ਇੱਕ ਮੋਸ਼ਨ ਲੈ ਕੇ ਆਏ ਸੀ ਉਸ ਮੋਸ਼ਨ ਦਾ ਨਾਮ ਮੋਸ਼ਨ 44 ਦਿੱਤਾ ਗਿਆ ਸੀਗਾ ਹੁਣ ਬੇਸਿਕਲੀ ਮੋਸ਼ਨ 44 ਹੈਗਾ ਕੀ ਹੈ ਜੀ ਬੇਸਿਕਲੀ ਕੈਨੇਡਾ ਲਾਸਟ ਈਅਰ ਇੱਕ TR2 PR ਪ੍ਰੋਗਰਾਮ ਇਹੋ ਜਿਹਾ ਆਇਆ ਸੀਗਾ ਜਿਨਨੇ ਜਿਨਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਸੀਗੇ ਜਿਨਨੇ ਵੀ ਅ ਅਸੈਂਸ਼ੀਅਲ ਸਰਵਿਸਿਜ਼ ਨਾਨ ਅਸੈਂਸ਼ੀਅਲ ਸਰਵਿਸਿਜ਼ ਵਿੱਚ ਕੰਮ ਕਰ ਰਹੇ ਸੀਗੇ ਜਿਨਨੇ ਵੀ ਫੋਰਨ ਵਰਕਰਸ ਸੀਗੇ ਉਹਦਾ ਫਾਇਦਾ ਚੱਕ ਸਕਦੇ ਸੀਗੇ ਸੋ ਉਹਨਾਂ ਦੀ PR ਆਸਾਨੀ ਵਾਸਤੇ ਆ ਸਾਰਾ ਪ੍ਰੋਗਰਾਮ ਉਲਿੱਕਿਆ ਗਿਆ ਸੀਗਾ ਸੋ ਉਸੇ ਚੀਜ਼ ਨੂੰ ਉਸ ਟਾਈਮ ਤੇ तकरीबन 85000 ਐਪਲੀਕੈਂਟਸ ਨੇ ਐਪਲੀਕੇਸ਼ਨ ਪੁਟ ਅਪ ਕੀਤੀਆਂ ਸੀਗੀਆਂ ਇਸ ਪ੍ਰੋਗਰਾਮ ਦੇ ਤਹਿਤ 6 ਮਈ ਨੂੰ ਜੀ ਐਂਡ 6 ਮਈ ਦੀ ਐਪਲੀਕੇਸ਼ਨਸ ਤੋਂ ਬਾਅਦ ਆ 23000 ਐਪਲੀਕੇਸ਼ਨਸ ਦਾ ਪਿਛਲੇ ਸਾਲ ਪ੍ਰੋਸੈਸ ਹੋ ਗਈਆਂ ਹੁਣ ਜਦੋਂ ਸਰਕਾਰ ਨੇ ਆਪਣੇ ਕੋਟੇਸ ਦਿੱਤੇ ਕਿ ਕਿਹੜੇ ਉਹ ਬਾਕੀ ਐਪਲੀਕੇਸ਼ਨਸ ਦਾ ਪ੍ਰੋਸੈਸ ਹੋਣੀ ਹੈ ਉਹਨਾਂ ਨੇ ਇੱਕ ਐਪਲੀਕੇਸ਼ਨ ਦਾ ਕੋਟਾ ਦਿੱਤਾ 40000 ਐਪਲੀਕੇਸ਼ਨ ਇਸ ਸਾਲ ਦੇ ਵਿੱਚ ਪ੍ਰੋਸੈਸ ਹੋਣੀਆਂ 222 ਦੇ ਵਿੱਚ ਤੇ 30000 ਜਿਹੜੀਆਂ ਬਚ ਜਾਣਗੀਆਂ ਉਹ ਅਗਲੇ ਸਾਲ 203 ਦੇ ਵਿੱਚ ਪ੍ਰੋਸੈਸ ਹੋਣਗੀਆਂ ਹੁਣ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਬਹੁਤ ਸਾਰੇ ਫੋਰਨ ਵਰਕਰਸ ਇਹੋ ਜਿਹੇ ਵੀ ਸਿਗੇ ਜਿਹੜੇ ਉਸ ਟਾਈਮ ਪ੍ਰਪੇਅਰ ਨਹੀਂ ਸੀਗੇ ਜਿਨ੍ਹਾਂ ਦੇ ਜਿਨ੍ਹਾਂ ਕੋ ਆਇਲਟ ਸਕੋਰਡ ਕਾਰਡ ਨਹੀਂ ਸੀਗੇ ਕਿਸੇ ਕੋਲ ਪੀਸੀਸੀ ਨਹੀਂ ਸੀਗਾ ਕਿਸੇ ਕੋਲ ਡਿਗਰੀ ਅਸੈਸਮੈਂਟਸ ਐਪਲੀਕੇਸ਼ਨ ਪੁੱਟ ਅਪ ਨਹੀਂ ਕਰ ਸਕੇ ਬਿਕੋਜ਼ ਆਫ ਵਨ ਟਾਈਮ ਓਪਰਚ्युनिटी ਸੀਗੀ ਸੋ ਉਸੇ ਨੂੰ ਮਦੇ ਨਜ਼ਰ ਰੱਖਦੇ ਆ ਹੋਇਆ ਐਂਡ ਸਰਾਈ ਸਾਹਿਬ ਐਂਡ ਬਾਕੀ ਵੀ ਮੈਂਬਰ ਪਾਰਲੀਮੈਂਟ ਆਪਣੇ ਜਿਹੜੇ ਇਹ ਕੰਸਟੀਟੂਐਂਸੀ ਦੇ ਵਿੱਚ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਆਏ ਹੋਏ ਨੇ ਜਾਂ ਰੈਜ਼ੀਡੈਂਟਸ ਹੈਗੇ ਨੇ ਉਹਨਾਂ ਦੇ ਰਿਸ਼ਤੇਦਾਰ ਰਹਿ ਰਹੇ ਨੇ ਉਹਨਾਂ ਨੂੰ ਉਹ ਉਹਨਾਂ ਦਾ ਇੱਕ ਫਰਜ਼ ਸੀਗਾ ਕਿ ਉਹਨਾਂ ਵਾਸਤੇ ਇੱਕ ਨਵਾਂ ਪ੍ਰਪੋਜ਼ਲ ਲੈ ਕੇ ਆਇਆ ਜਾਵੇ ਸੋ ਉਹ ਚੀਜ਼ ਨੂੰ ਅੱਗੇ ਲੈ ਕੇ ਗਏ ਆ ਪ੍ਰਪੋਜ਼ਲ ਦਿੱਤਾ ਗਿਆ ਉਸ ਦੇ ਉੱਤੇ ਬਹਿਸ ਹੋਈ ਉਹ ਤੋਂ ਸੈਕੰਡ ਕੀਤਾ ਗਿਆ ਐਂਡ ਤਕਰੀਬਨ ਇੱਕ ਐਮਪੀ ਨੂੰ ਛੱਡ ਕੇ ਬਾਕੀ ਸਾਰੇ ਹੀ ਮੈਂਬਰ ਪਾਰਲੀਮੈਂਟਸ ਨੇ ਇਹਦੇ ਵਿੱਚ ਹਾਮੀ ਦੇ ਵਿੱਚ ਸਿਰ ਲਾਇਆ ਸੋ ਉਹਦੇ ਨਾਲ ਆ ਕੀ ਹੋਇਆ ਜੀ ਕਿ 11 ਮਈ ਨੂੰ ਉਹਨਾਂ ਨੇ ਕਰ ਦਿੱਤਾ ਕਿ 120 ਦਿਨ ਦਾ ਟਾਈਮ ਉਹਨਾਂ ਨੇ ਆਈਆਰਸੀਸੀ ਨੂੰ ਇਮੀਗ੍ਰੇਸ਼ਨ ਮਨਿਸਟਰ ਨੂੰ ਦਿੱਤਾ ਕਿ ਇਹਦੇ ਉੱਤੇ ਤੁਸੀਂ ਥੋਸ ਪ੍ਰੋਗਰਾਮ ਲੈ ਕੇ ਆਓ 120 ਦਿਨਾਂ ਦੇ ਵਿੱਚ ਸੋ ਤਕਰੀਬਨ 30 ਦਿਨ ਨਿਕਲ ਚੁੱਕੇ ਨੇ ਜੀ 90 ਦਿਨ ਹਲੇ ਬਾਕੀ ਹੈਗੇ ਨੇ ਸੋ ਹੋਪਫੁਲੀ ਬਾਏ ਦਾ ਐਂਡ ਮਿਡ ਆਫ ਸੈਪਟੈਂਬਰ ਐਸ ਪ੍ਰੋਗਰਾਮ ਦੇ ਉੱਤੇ ਹੋਰ ਡਿਵੈਲਪਮੈਂਟ ਹੋਣ ਗਿਆ ਕਿ ਪ੍ਰੋਗਰਾਮ ਕਿਸ ਤਰ੍ਹਾਂ ਵਰਕ ਕਰੇਗਾ ਕਿਹੜੇ ਕਿਹੜੇ ਐਪਲੀਕੈਂਟਸ ਹੋਣਗੇ ਜਿਹੜੇ ਬੈਸਟ ਦੇ ਵਿੱਚ ਕੁਆਲੀਫਾਈ ਕਰ ਸਕਣਗੇ ਬਟ ਹਲੇ ਐਪਲਾਨ ਬੀ ਦੇ ਵਿੱਚ ਮੈਂ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਿੰਨੇ ਵੀ ਫੋਰਨ ਵਰਕਰਸ ਹੈਗੇ ਨੇ ਕਲਾ ਐਸ ਪ੍ਰੋਗਰਾਮ ਨੂੰ ਲੈ ਕੇ ਬੈਜੋ ਕਿ ਮੈਂ ਇਸ ਪ੍ਰੋਗਰਾਮ ਦੇ ਤਹਿਤ ਮੈਂ ਪੀਆਰਈ ਹੋ ਜਾਣਾ ਹੈ ਬਿਲਕੁਲ ਹੋਗੇ ਦਿਸ ਪ੍ਰੋਗਰਾਮ ਇਸ ਫॉर ਯੂ ਓਨਲੀ ਬਟ ਅੱਜ ਦੀ ਤਰੀਕ ਦੇ ਵਿੱਚ ਪਲਾਨ ਏ ਦੇ ਉੱਤੇ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਲਾਅ ਹੈਗਾ ਉਹਦੇ ਉੱਤੇ ਕੰਮ ਕਰੋ ਚਾਹੇ ਉਹ ਪੀਐਨਪੀ ਪ੍ਰੋਗਰਾਮ ਹੋਵੇ ਚਾਹੇ ਐਕਸਪ੍ਰੈਸ ਐਂਟਰੀ ਹੋਵੇ ਆ ਸੋਚ ਗ੍ਰੇਡ 12 ਵਾਲੇ ਬੱਚੇ ਸਟੂਡੈਂਟ ਜਿਹੜੇ ਹੈਗੇ ਨਾਲ ਖਾਸ ਕਰ ਮਾਪਿਓ ਨੇ ਬੜੇ ਓਖੇ ਪੈਸੇ ਕਈ ਸਰਫੀਆਂ ਕਰਕੇ ਕਰਕੇ ਇੱਥੇ ਬੱਚਿਆਂ ਨੂੰ ਪੜਨ ਵਾਸਤੇ ਭੇਜਿਆ ਹੈਗਾ ਬੱਚਿਆਂ ਨੇ ਮਿਹਨਤਾਂ ਵੀ ਬੜੀਆਂ ਕੀਤੀਆਂ ਬਿਕੋਜ਼ ਉਹਨਾਂ ਨੇ ਆਫ ਕੈਂਪਸ ਜੋਬਸ ਵੀ ਕੀਤੀਆਂ ਪੜਾਈਆਂ ਵੀ ਕੀਤੀਆਂ ਆ ਓਕੇ ਓਕੇ ਰੈਂਟਸ ਵੀ ਦਿੱਤੇ ਆ ਪੜਾਈ ਲਿਖਾਈ ਵਾਸਤੇ ਖਾਣੇ ਬਣਾਉਣ ਵਾਸਤੇ ਕਈ ਕਈ ਦਿਨ ਭੁੱਖੇ ਵੀ ਸੁੱਤੇ ਹੋਣਗੇ ਬਟ ਆ ਸੋਚ ਕੇ ਨਾ ਬਹਿ ਜੋਗੇ ਆ ਪ੍ਰੋਗਰਾਮ ਮੇਰੇ ਵਾਸਤੇ ਆ ਰਿਹਾ ਤੁਹਾਡੇ ਵਾਸਤੇ ਹੀ ਆ ਰਿਹਾ ਬਟ ਜਦ ਤੱਕ ਉਹ ਪ੍ਰੋਗਰਾਮ ਲਾ ਨਹੀਂ ਬਣਦਾ ਤਾਂ ਤੱਕ ਤੁਹਾਡੇ ਕੋਲ ਜਿਹੜਾ ਐਗਜ਼ਿਸਟਿੰਗ ਪ੍ਰੋਗਰਾਮ ਆ ਉਹਦੇ ਵਾਸਤੇ ਕੰਮ ਕਰੋ ਬਿਲਕੁਲ ਬਹੁਤ ਸੋਹਣੀ ਗੱਲ ਮਨੋਦੱਤਾ ਜੀ ਨੇ ਇੱਥੇ ਜੇਕਰ ਕੀਤਾ ਕਿ ਅਜੇ ਤੱਕ ਇਹ ਬੈਲ ਔਰ ਇਸਤੇ ਜੇ ਪ੍ਰਪੋਜ਼ਲ ਦਿੱਤਾ ਗਿਆ ਪੂਰੇ ਇਹਦੀ ਰੂਪਰੇਖਾ ਤਿਆਰ ਹੋਣੀ ਹੈ ਮਿਨਿਸਟਰੀ ਵੱਲੋਂ ਕਿ ਕਿਹੜੇ ਕਿਹੜੇ ਲੋਕ ਇਸ ਵਿੱਚ ਜਿਹੜੇ ਸ਼ਾਮਲ ਹੋਣਗੇ ਮਨੋ ਜੀ ਇਸ ਤੋਂ ਪਹਿਲਾਂ ਮੈਂ ਅੱਗੇ ਵਧਾਂ ਤੁਸੀਂ ਗ੍ਰੇਡ 12 ਦਾ ਜ਼ਿਕਰ ਕੀਤਾ ਅਸੀਂ ਉਹਨਾਂ ਦੇ ਸਕੋਰ ਬਾਰੇ ਵੀ ਜਾਣਦੇ ਹਾਂ ਕਿ ਕਿੱਥੇ ਬੱਚੇ ਉਹ ਮਤਲਬ ਪ੍ਰੋਫਾਈਲ ਵਿੱਚ ਸਟੈਂਡ ਕਰਦੇ ਨੇ ਔਰ ਐਜ਼ ਏ ਬਤੌਰ ਐਮ ਡੀ ਆਫ ਆਈ ਸੀ ਸੀ ਇਮੀਗ੍ਰੇਸ਼ਨ ਪੀ ਐਨ ਪੀ ਦਾ ਤੁਸੀਂ ਜੇਕਰ ਕੀਤਾ ਹੋਰ ਆਪਸ਼ਨਸ ਕੀ ਨੇ கிரேਡ 12 ਲਈ ਤੁਹਾਡੇ ਕੋਲੇ ਜੇ ਤੁਸੀਂ ਉਹਨਾਂ ਨੂੰ ਦੱਸਣਾ ਹੋਵੇ ਸੁਖਪਾਲ ਜੀ ਪਹਿਲੀ ਗੱਲ ਤਾਂ ਕੰਫਰਟ ਜ਼ੋਨ ਚੋਂ ਬਾਹਰ ਨਿਕਲਣਾ ਪਏਗਾ ਜੀ ਕੰਫਰਟ ਜ਼ੋਨ ਸਾਡੇ ਬੱਚਿਆਂ ਵਾਸਤੇ ਕੀ ਹੈ ਜੀ ਬ੍ਰੈਂਟਨ ਕੰਫਰਟ ਜ਼ੋਨ ਆ ਸਰੀ ਕੰਫਰਟ ਜ਼ੋਨ ਆ ਬਸ ਕੰਫਰਟ ਜ਼ੋਨ ਚੋਂ ਬਾਹਰ ਨਹੀਂ ਨਿਕਲਣਾ ਇੱਥੋਂ ਬਾਹਰ ਨਿਕਲੋ ਅੱਜ ਦੀ ਤਰੀਕ ਦੇ ਵਿੱਚ ਅਸੀਂ ਅਨਪਲੋਇਮੈਂਟ ਰੇਟ 5.1 ਤੇ ਆ ਗਿਆ ਮਿਨੀਮਮ ਇਨ ਦਾ ਹਿਸਟਰੀ ਆਫ ਕੈਨੇਡਾ ਅੱਜ ਦੀ ਤਰੀਕ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਜੌਬ ਆਫਰਸ ਕੈਨੇਡਾ ਦੇ ਵਿੱਚ ਐਗਜ਼ਿਸਟ ਕਰਦੀਆਂ ਪਈਆਂ 1 ਮਿਲੀਅਨ ਤੋਂ ਜ਼ਿਆਦਾ ਵੈਕੈਂਸੀਜ਼ ਹੈਗੀਆਂ ਐਂਡ ਆਜ ਦੀ ਤਰੀਕ ਦੇ ਵਿੱਚ ਪੀ ਐਨ ਪੀ ਪ੍ਰੋਗਰਾਮਸ ਇੰਨੇ ਕੰਡੀਊਸਿਵ ਹੈਗੇ ਨੇ ਕਿ ਇੱਕ ਸਾਲ ਜੌਬ ਕਰਨ ਤੋਂ ਸੁਪਰਵਾਈਜ਼ਰ ਦੀ ਜੌਬ ਦੀ ਲੋੜ ਨਹੀਂ ਹੈਗੀ ਨੋਵਾਸਕੋਸ਼ੀਆ ਦੇ ਵਿੱਚ ਨਿਊ ਬ੍ਰਾਂਡਸਵਿਕ ਦੇ ਵਿੱਚ ਸੁਪਰਵਾਈਜ਼ਰ ਦੀ ਜੌਬ ਦੀ ਲੋੜ ਨਹੀਂ ਹੈਗੀ ਤੁਸੀਂ ਉੱਥੇ ਬੇਸਿਕ ਜੌਬ ਵੀ ਕਰਦੇ ਹੋ ਤਾਂ ਵੀ ਸਾਲ ਜੌਬ ਕਰਨ ਤੋਂ ਬਾਅਦ ਤੁਸੀਂ ਪੀ ਐਨ ਪੀ ਵਾਸਤੇ ਐਲੀਜੀਬਲ ਹੋ ਜਾਂਦੇ ਹੋ ਕਹਿੰਦੇ ਆ ਸੋਸ਼ਲ ਮੀਡੀਆ ਨੇ ਸਟੂਡੈਂਟਸ ਦਾ ਦਿਮਾਗ ਇੰਨੀਆਂ ਚੀਜ਼ਾਂ ਹਰ ਆਦਮੀ ਕੰਸਲਟੈਂਟ ਲਾਅਰ ਬਣ ਗਿਆ ਹੈ ਬਿਲਕੁਲ ਐਂਡ ਅੱਜ ਦੀ ਤਰੀਕ ਦੇ ਵਿੱਚ ਮੈਨੂੰ ਘੱਟੋ ਘੱਟ ਰੋਜ਼ 8 ਤੋਂ 10 ਫੋਨ ਆ ਰਹੇ ਨੇ ਕਿ ਨੋਵਾਸਕੋਸ਼ਿਆ ਦਾ ਪ੍ਰੋਗਰਾਮ ਬੰਦ ਹੋ ਗਿਆ ਤੁਸੀਂ ਕਿਉਂ ਗਾਈਡ ਕਰ ਰਹੇ ਹੋ ਜੀ ਇੱਕ ਸਟ੍ਰੀਮ ਬੰਦ ਹੋਈ ਹੈ ਸਾਰੇ ਪ੍ਰੋਗਰਾਮਸ ਨਹੀਂ ਬੰਦ ਹੋਏ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਸਟ੍ਰੀਮ ਨਹੀਂ ਬੰਦ ਹੋਈਆਂ ਤੁਸੀਂ ਜਾ ਕੇ ਉੱਥੇ ਕੰਮ ਕਰੋ ਏਮਪਲੋਇਰ ਜੇ ਡੈਜ਼ਿਗਨੇਟਿਡ ਹੈਗਾ ਕੁਆਲੀਫਾਈਡ ਹੈਗਾ ਤੁਸੀਂ ਅੱਜ ਵੀ ਪੀਐਨਪੀ ਵਾਸਤੇ ਐਲੀਜੀਬਲ ਹੈਗੇ ਉਸ ਸਾਲ ਕੰਮ ਕਰਨ ਤੋਂ ਬਾਅਦ ਸੋ ਕਹਿੰਦੇ ਆ ਕਈ ਵਾਰੀ ਲਿਟਲ ਨੋਲੇਜ ਇਜ਼ ਡੇਂਜਰਸ ਬਿਲਕੁਲ ਸੋ ਕਈ ਵਾਰੀ ਤੁਸੀਂ ਆਪ ਪੜਦੇ ਨਹੀਂ ਹੈਗੇ ਜੋ ਸੁਣਨ ਨੂੰ ਮਿਲਦਾ ਕੋਈ ਝੂਠ ਬੋਲ ਰਿਹਾ ਕੋਈ ਸੱਚ ਬੋਲ ਰਿਹਾ ਉਹਨੂੰ ਹੀ ਤੁਸੀਂ ਤੁਸੀਂ ਕਿਸੇ ਲਾਇਰ ਕਿਸੇ ਕੰਸਲਟੈਂਟ ਜਿਹੜਾ ਜਿਹੜਾ ਰੈਗੂਲੇਟਿਡ ਕੰਸਲਟੈਂਟ ਹੈ ਉਹਦੇ ਨਾਲ ਬੈਠ ਕੇ ਡਿਸਕਸ ਕਰੋ ਕਿ ਮੇਰੇ ਵਾਸਤੇ ਕੀ ਆਪਸ਼ਨ ਹੈਗੀ ਐਂਡ ਸਟੂਡੈਂਟਸ ਨੂੰ ਮੈਂ ਕਹੂੰਗਾ ਕਿ ਜੀ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲੋ ਜੀ Nova Scotia New Brunswick Newfoundland Labrador Prince Edward Island Saskatchewan Manitoba lot of opportunities exist ਕਰਦੀਆਂ ਪਈਆਂ ਉਹਨਾਂ ਦਾ ਐਡਵਾਂਟੇਜ ਲੋ ਜਾ ਕੇ ਐ ਨਾ ਸੋਚੋ ਕਿ ਮੈਂ ਘਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਰਹਿਣਾ ਐਬਸੋਲੂਟਲੀ ਦੋਸਤਾਂ ਮਿੱਤਰਾਂ ਦੇ ਨਾਲ ਰਹਿਣਾ ਨਾਲ ਰਹਿਣਾ ਬਹੁਤ ਜ਼ਰੂਰੀ ਹੈ ਨਾਲ ਲੈ ਜਾਓ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਬਿਲਕੁਲ ਤੇ ਉਥੇ ਜਾ ਕੇ ਆਪਣੇ ਪੀਆਰ ਤੁਹਾਡਾ ਪੀਆਰ ਸਭ ਤੋਂ ਪਹਿਲਾਂ ਤੁਹਾਡਾ ਪ੍ਰਾਇਰਟੀ ਹੋਣਾ ਚਾਹੀਦਾ ਉਹਦੇ ਤੇ ਕੰਮ ਕਰੋ ਜਦੋਂ ਪੀਆਰ ਹੋ ਗਈ देन ਯੂ ਕੈਨ ਲੁੱਕ ਐਟ ਆਲ ਦੋਜ਼ অপਸ਼ਨਸ ਐਂਡ ਅੱਜ ਦੀ ਤਰੀਕ ਦੇ ਵਿੱਚ ਸੁਖਪਾਲ ਜੀ ਜਿਹੜਾ ਐਪਲੀਕੈਂਟ ਜਿਹੜਾ ਸਟੂਡੈਂਟ ਨੋਵਾ ਸਕੋਸ਼ੀਆ ਨਿਊ ਬਰੰਜ਼ਵਿਕ ਚਲਾ ਜਾਏਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨਾਲ ਬਹੁਤ ਅੱਗੇ ਨਿਕਲ ਜਾਏਗਾ ਬਿਕੋਜ਼ ਜਿੰਨੀਆਂ ਓਪਰਚ्युनिटीज ਆਈਦੀ ਤਰੀਕ ਦੇ ਵਿੱਚ ਇਨਾ ਛੋਟੇ ਪ੍ਰੋਵਿੰਸਸ ਦੇ ਵਿੱਚ ਐਗਜ਼ਿਸਟ ਕਰਦੀਆਂ ਪਈਆਂ ਜਿੰਨੀਆਂ ਬਿਜ਼ਨਸ ਓਪਰਚ्युनिटीज ਐਗਜ਼ਿਸਟ ਕਰਦੀਆਂ ਪਈਆਂ ਕੱਟ ਪ੍ਰਾਈਸਸ ਦੇ ਉੱਤੇ ਪ੍ਰੋਪਰਟੀਆਂ ਐਗਜ਼ਿਸਟ ਕਰਦੀਆਂ ਪਈਆਂ ਉਹਦਾ ਫਾਇਦਾ ਲੈ ਲਓ ਬਿਲਕੁਲ ਔਰ ਇਸ ਤੋਂ ਅੱਗੇ ਅਸੀਂ ਜ਼ਿਕਰ ਕਰਾਂਗੇ ਜੋ ਵਿਸਟਰ ਇੱਥੇ ਕਮਨ ਲਈ ਆਉਂਦੇ ਨੇ ਕਈ ਪੇਰੈਂਟਸ ਇੱਥੇ ਆਉਂਦੇ ਨੇ ਆਪਣੇ ਬੱਚਿਆਂ ਕੋਲ ਇਸ ਤਰ੍ਹਾਂ ਕਿਸੇ ਸੰਬੰਧੀ ਰਿਸ਼ਤੇਦਾਰ ਆਉਂਦੇ ਨੇ ਔਰ ਸਮਰ ਆ ਚੁੱਕਿਆ ਆਫੀਸ਼ੀਅਲੀ ਕੈਨੇਡਾ 'ਚ ਤਾਂ ਮਨੂਜੀ ਇਸ ਵਰਕ ਪਰਮਿਟ ਦੀ ਪਾਲਿਸੀ ਹੈ ਜਿਹੜੇ ਵੈਸਟਰ ਆਏ ਹੋਏ ਨੇ ਕੋਮਨ ਫਰਨ ਆਏ ਹੋਏ ਨੇ ਕਿ ਉਹ ਵਰਕ ਪਰਮਿਟ ਲੈ ਸਕਦੇ ਐ ਇੱਥੇ ਹੁਣ ਤੱਕ ਕਿਉਂਕਿ ਕੋਵਿਡ ਦੇ ਦਰਮਿਆਨੇ ਪਾਲਸੀ ਸ਼ੁਰੂ ਕੀਤੀ ਗਈ ਸੀ ਮੌਜੂਦਾ ਸਥਿਤੀ ਕੀ ਐ ਇਸ ਪਾਲਸੀ ਬਿਲਕੁਲ ਸੁਖਪਾਲ ਜੀ ਪਬਲਿਕ ਪਾਲਿਸੀ ਸਿੱਗੀ ਕੋਵਿਡ ਦੇ ਡਿਊਰਿੰਗ ਇਨੀਸ਼ੀਏਟ ਕੀਤੀ ਗਈ ਸੀ ਬਿਕਾਜ਼ 20 20 ਦੇ ਵਿੱਚ ਜਦੋਂ ਸਾਡਾ ਮੇਨ ਫਾਰਮਿੰਗ ਸੀਜ਼ਨ ਆਇਆ ਤੇ ਸਾਡੀ ਜਿਹੜੀ ਫਾਰਮ ਲੇਬਰਸ ਆਉਂਦੀ ਸੀਗੀ ਉਹ ਤਕਰੀਬਨ ਮੈਕਸੀਕੋ ਤੋਂ ਆਵਾ ਕਰੀਬੀਅਨਸ ਤੋਂ ਆਉਂਦੇ ਸੀਗੇ ਸੀਜ਼ਨਲ ਵਰਕਰਸ ਉਹ ਨਹੀਂ ਆ ਸਕੇ ਸੋ ਉਸ ਟਾਈਮ ਤੇ ਇਹ ਪਾਲਸੀ ਲੀਕੀ ਗਈ ਸੀਗੀ ਤਾਂ ਕਿ ਜਿੰਨੇ ਵੀ ਐਪਲੀਕੈਂਟਸ ਵਿਦਿਨ ਕੈ ਹੈਗੇ ਨੇ ਉਹ ਇਸ ਪਾਲਿਸੀ ਦਾ ਫਾਇਦਾ ਚੱਕ ਸਕਣ ਇਹਦਾ ਦੋ ਬੋਥ ਵੇ ਐਡਵਾਂਟੇਜ ਹੈਗਾ এমਪਲੋયર ਨੂੰ ਵੀ ਐਡਵਾਂਟੇਜ ਹੈਗਾ ਬਿਕੋਜ਼ ਉਹਨੂੰ ਵਰਕ ਫੋਰਸ ਮਿਲਦੀ ਪਈ ਸੀ ਕੰਮ ਕਰਨ ਵਾਸਤੇ ਐਂਡ ਏਮਪਲੋਈ ਨੂੰ ਫੋਰਨ ਵਰਕਰਸ ਨੂੰ ਵੀ ਐਡਵਾਂਟੇਜ ਹੈਗਾ ਕਿਉਂ ਇੱਥੇ ਰਹਿੰਦਿਆਂ ਹੋਇਆਂ ਇਸ ਪਾਲਿਸੀ ਦੇ ਤਹਿਤ ਆਪਣਾ ਵਰਕ ਪਰਮਿਟ ਲੈ ਸਕਦੇ ਸੋ ਆ ਪਾਲਿਸੀ ਵੱਧ ਕੇ ਹੁਣ ਚੱਲੀ ਗਈ ਹੈ 28 ਫਰਵਰੀ 2023 ਤੱਕ ਸੋ 2023 ਤੱਕ ਜੇ ਕੋਈ ਵੀ ਐਪਲੀਕੈਂਟ ਨੂੰ ਐਲਐਮਆਈ ਮਿਲਦਾ ਹੈਗਾ ਉਹਦਾ ਵਰਕ ਪਰਮਿਟ ਲੱਗਣ ਦੇ ਚਾਂਸਸ ਬਹੁਤ ਬ੍ਰਾਈਟ ਹੈਗੇ ਨੇ ਐਂਡ ਅੱਜ ਦੀ ਤਰੀਕ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਆਪਰਚੂਨਿਟੀਆਂ ਐਗਜ਼ਿਸਟ ਕਰਦੀਆਂ ਪਈਆਂ ਕੈਨੇਡਾ ਦੇ ਵਿੱਚ ਸੋ ਮੈਂ ਕਹੂੰਗਾ ਉਹਨਾਂ ਦਾ ਐਡਵਾਂਟੇਜ ਚੱਕੋ ਜਿਹਦੀ ਉਮਰ 55 ਤੋਂ ਘੱਟ ਹੈਗੀ ਹੈ ਗ੍ਰੇਡ 12 ਕੀਤਾ ਹੋਇਆ ਸਿਰਫ ਗ੍ਰੇਡ 12 12ਵੀਂ ਕੀਤੀ ਹੋਈ ਹੈ ਚਾਰ ਬੈਂਡ ਹਾਈਲਟ ਦੇ ਵਿੱਚ ਲੈ ਸਕਦਾ ਤੁਸੀਂ ਆਦਰਵਾਇਜ਼ ਸੋਚ ਸਕਦੇ ਹੋ ਕਿ ਇੰਡੀਆ ਤੋਂ ਉਹ ਐਪਲੀਕੈਂਟ ਪੀਆਰ ਲੈ ਕੇ ਆ ਜਾਵੇ ਬਿਲਕੁਲ ਇਟ ਇਜ਼ ਨਾਟ ਪੋਸੀਬਲ ਐਕਸਪ੍ਰੈਸ ਐਂਟਰੀ ਦੇ ਵਿੱਚ ਤੁਹਾਡਾ ਸਕੋਰ ਵੀ ਨਹੀਂ ਬੰਨਣਾ ਉੱਥੇ ਤੁਸੀਂ ਪਹੁੰਚਣਾ ਵੀ ਨਹੀਂ ਹੈਗਾ ਤੁਹਾਡੀ ਫਾਈਲ ਪਿਕ ਵੀ ਨਹੀਂ ਹੋਣੀ ਨਜ਼ਰ ਵੀ ਨਹੀਂ ਵਜਣੀ ਸੋ ਇਹ oportunidades ਉਹਨਾਂ ਦੋਸਤਾਂ ਵਾਸਤੇ ਹੈਗੀਆਂ ਇਸ ਟਾਈਮ ਤੇ ਐਕਸਪੈਕਟਡ ਹੈਗਾ ਕਿ 5 ਲੱਖ ਵਿਜ਼ਟਰ ਇਸ ਸਮਰਸ ਦੇ ਵਿੱਚ ਇੱਥੇ ਆਣਗੇ ਜੀ ਸੋ ਇਹ ਐਡਵਾਂਟੇਜ ਲੋ ਕਿ ਅਸ ਪ੍ਰੋਗਰਾਮ ਦਾ ਆ ਕੇ ਗ੍ਰੈਬ ਦਿਸ opportunity ਆ ਕੇ ਪਰਮਨੈਂਟ ਰੈਜ਼ਿਡੈਂਸੀ ਆਪਣੀ ਪੀਐਨਪੀ ਦੇ ਥਰੂ ਹਾਸਲ ਕਰੋ ਐਂਡ ਇਹ opportunity ਦੁਬਾਰਾ ਦੁਬਾਰਾ ਨਹੀਂ ਆਣੀ ਹੈ ਇਹਦਾ ਐਡਵਾਂਟੇਜ ਲਿੱਤਾ ਜਾਣਾ ਜੀ ਤੇ ਜਾਂਦੇ ਜਾਂਦੇ ਲਾਸਟ ਵਿੱਚ ਬਿਜ਼ਨਸਮੈਨ ਦੇ ਲਈ ਕੈਨੇਡਾ ਚ ਕੀ ਆਪਰਚੁਨਿਟੀ ਆ ਉਹਦਾ ਵੀ ਜ਼ਿਕਰ ਜ਼ਰੂਰ ਕਰਦੇ ਸਕਪਾਲ ਜੀ ਅੱਜ ਦੀ ਤਰੀਕ ਦੇ ਵਿੱਚ ਓਨਰ ਆਪਰੇਟਰ ਕੈਟਾਗਰੀ ਬਹੁਤ ਅਮੇਜ਼ਿੰਗ ਕੈਟਾਗਰੀ ਵਰਕ ਕਰ ਰਹੀ ਹੈ ਜੀ ਆ ਕੇ ਇੱਥੇ ਓਨਰ ਬਿਜ਼ਨਸ ਬਾਇ ਕਰੋ ਆਈਸੀਸੀ ਇਮੀਗ੍ਰੇਸ਼ਨ ਤੇ ਅਸੀਂ ਕਾਫੀ ਸਾਰੇ ਫਰੈਂਚਾਈਜ਼ੀ ਹੋਲਡਰਸ ਦੇ ਨਾਲ ਤਾਇਆਬ ਕੀਤਾ ਹੋਇਆ ਸੋ ਜੇ ਤੁਸੀਂ ਫੂਡ ਫਰੈਂਚਾਈਜ਼ ਦੇ ਵਿੱਚ ਜਾਣਾ ਚਾਹੁੰਦੇ ਹੋ ਐਚ ਪ੍ਰੋਗਰਾਮ ਦੇ ਵਿੱਚ ਤੁਹਾਡੀ ਬਿਜ਼ਨਸ ਲਾਈਨ ਦੇ ਵਿੱਚ ਵੀ ਅਸੀਂ ਮਦਦ ਕਰ ਸਕਦੇ ਹਾਂ ਉਹ ਫਰੈਂਚਾਈਜ਼ਿਸ ਇਹੋ ਜਿਹੇ ਹਨ ਜਿਹੜੇ ਤੁਹਾਨੂੰ ਕਹਿੰਦੇ ਸਾਰੀ ਸਪੋਰਟ ਦਿੰਦੇ ਨੇ ਫ੍ਰੋਮ ਸਕ੍ਰੈਚ ਤੋ ਸਕ੍ਰੈਚ ਤੋਂ ਬਿਜ਼ਨਸ ਕਿਸ ਤਰ੍ਹਾਂ ਜੇ ਕੋਈ ਸਟੈਬਲਿਸ਼ਡ ਬਿਜ਼ਨਸ ਲੈਣਾ ਹੈ ਉਹ ਵੀ ਤੁਸੀਂ ਉਹਨਾਂ ਤੋਂ ਬਾਏ ਕਰ ਸਕਦੇ ਹੋ ਜੇ ਕੋਈ ਸਕ੍ਰੈਚ ਤੋਂ ਸ਼ੁਰੂ ਕਰਨਾ ਹੈ ਉਹਦੇ ਵਿੱਚ ਵੀ ਐਡਵਾਂਟੇਜ ਲੈ ਸਕਦੇ ਹੋ ਐਂਡ ਤੁਸੀਂ ਵਰਕ ਪਰਮਿਟ ਲੈ ਕੇ ਉਹਨੂੰ ਬਿਜ਼ਨਸ ਨੂੰ ਸਕਸੈਸਫੁਲੀ ਰਨ ਕਰ ਸਕਦੇ ਹੋ ਐਂਡ ਪੀਐਨਪੀ ਦੇ ਵਿੱਚ ਥਰੂ ਪੀਆਰ ਜਾਂ ਐਕਸਪ੍ਰੈਸ ਐਂਟਰੀ ਦੇ ਥਰੂ ਕੁਆਲੀਫਾਈ ਪੀਆਰ ਵਾਸਤੇ ਵੀ ਹੋ ਸਕਦੇ ਹੋ ਸੋ ਓਪਰਚ्युनिटीज ਬਹੁਤ ਜ਼ਿਆਦਾ ਹੈਗੀਆਂ ਮੈਂ ਇੱਕੋ ਚੀਜ਼ ਕਹਾਂਗਾ ਕਿ ਜਿਨਨੇ ਵੀ ਦੋ ਸਿਸਟਮ ਵਿਜ਼ਿਟ ਵੀਜ਼ਾ ਤੇ ਕੈਨੇਡਾ ਦੇ ਵਿੱਚ ਹੈਗੇ ਨੇ ਜਾਂ ਜਿਨ੍ਹਾਂ ਦੇ ਕੋਲ ਵਿਜ਼ਿਟ ਵੀਜ਼ਾ ਲੱਗਾ ਹੋਇਆ ਜਾਂ ਜਿਹੜੇ ਉਹ ਐਪਲੀਕੈਂ ਕਰ ਰਹਿ ਨੇ ਕਿ ਮੈਂ ਇੰਟਰਾ ਕੰਪਨੀ ਚ ਆਇਆ ਸੀਗਾ ਜਾਂ ਜੋਬ ਆਫਰ ਤੇ ਆਇਆ ਸੀਗਾ ਮੇਰੇ ਸਪਾਊਸ ਦੇ ਕੋਲ ਓਪਨ ਵਰਕ ਪਰਮਿਟ ਹੈਗਾ ਤੇ ਮੇਰੀ ਪੀਆਰ ਨਹੀਂ ਹੋ ਰਹੀ ਕਿਉਂਕਿ ਪੀਐਨਪੀ ਸਕੋਰ ਉੱਪਰ ਚਲਾ ਗਿਆ ਹੋਇਆ ਸੋ ਉਹਨਾਂ ਸਾਰੇ ਐਪਲੀਕੈਂਟਸ ਨੂੰ ਕਹੂੰਗਾ ਇੱਕ ਵਾਰੀ ਆਈਸੀਸੀ ਤੇ ਸਾਨੂੰ ਕੰਟੈਕਟ ਕਰੋ देयर ਆ ਲੋਟ ਆਫ ਓਪਰਚ्युनिटी ਜਿੱਦਾ ਤੁਸੀਂ ਫਾਇਦਾ ਚੱਕ ਸਕਦੇ ਹੋ ਨਾ ਆਈਸੀਸੀ ਤੇ ਐਜ਼ ਅ ਪ੍ਰੋਫੈਸ਼ਨਲ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਸੁਖਪਾਲ ਜੀ ਸਾਨੂੰ 15 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਏ ਐਂਡ ਵੀ ਆਰ ਅ ਟੀਮ ਥੈਟ ਇਜ਼ ਨੋਨ ਫਾਰ ਕ੍ਰਿਸਟਲ ਕਲੀਅਰ ਐਂਡ ਸੋ ট্রান্সਪਰੈਂਟਡ एडवाइस ਵਾਸਤੇ ਇਮੀਗ੍ਰੇਸ਼ਨ ਦੀ ਕਿਹੜੀ ਓਪਰਚ्युनिटी ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦੀ ਉਹਦੇ ਵਾਸਤੇ ਸਾਨੂੰ ਜ਼ਰੂਰ ਕੰਟੈਕਟ ਕਰੋ ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ ਸਾਡਾ ਈਮੇਲ ਆਈਡੀ ਹੈਗਾ infoinf@icciimmigration.ca ਫੋਨ ਨੰਬਰ ਹੈਗਾ ਜੀ 9054612424 ਐਂਡ WhatsApp ਨੰਬਰ ਹੈਗਾ 6478509000 ਸਹੀ ਮਨੋ ਜੀ ਸਟੂਡੀਓ ਚੋਇਸ ਹਮਾਂ ਦੇ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਇਟਸ ਅ ਪਲੇਅਰਸ ਸੁਪੋਰਟ ਸੋ ਐਸਨ ਆਈਸੀਸੀ ਇਮੀਗ੍ਰੇਸ਼ਨ ਤੋਂ ਐਮਡੀ ਮੈਨੂੰ ਦਿੱਤਾ ਜੀ ਜਿਨ੍ਹਾਂ ਨੇ ਕੈਨੇਡਾ ਕੈਨੇਡਾ ਇਮੀਗ੍ਰੇਸ਼ਨ ਚ ਕੀ ਕੋਚ ਕਰਾਉਂਦੇ ਆ ਉਸ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਲੇਟੈਸਟ ਅਪਡੇਟਸ ਸਾਂਝੀਆਂ ਕੀਤੀਆਂ ਇੱਕ ਵਾਰ ਫਿਰ ਸਾਡਾ ਸਾਰਿਆਂ ਦਾ ਧੰਨਵਾਦ ਜਲਦੀ ਨਵੇਂ ਐਪੀਸੋਡਾਂ ਤੁਹਾਡੇ ਰੂਬਰੂ ਹੋਵਾਂਗੇ ਹੁੰਦੇ ਆ ਗਿਆ ਧੰਨਵਾਦ